जिहड़ा उत्थे रौला पैण ते इहनूं फड़ के उदू बाद इहनां दे घर दे मैंबरां ने इकट्ठे हो के जिहड़ा इहदा कतल कर दित्ता गया ते कतल करन तों बाद इहदी जंगले नाल लाश टंग दी। ਜਗਸੀਰ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ? ਬੱਡੂਵਾਲ ਦੀ। ਅੱਜ ਸਿਵਲ ਹਸਪਤਾਲ ਆਏ ਹੋ, ਕੀ ਮਾਮਲਾ ਜੀ? ਇਹ ਜੀ ਮੈਂ ਡੈਡ ਬੋਡੀ ਲੈਣ ਆਇਆ ਜੀ ਆਪਦੇ ਮੁੰਡੇ ਦੀ। ਕੀ ਹੋਇਆ, ਕੀ ਹੈ? ਇਹ ਜੀ ਇਹਨਾਂ ਨੇ ਅੰਦਰ ਬੁਲਾ ਕੇ ਮੁੰਡੇ ਮੇਰੇ ਨੂੰ ਮੀਰਨਾ ਚੱਪ ਜਿਵੇਂ ਵੀ ਸੀਗਾ, ਅੱਛਾ ਕਤਲ ਲਿਸ਼ ਸਮਝ ਲਓ ਜੋ ਮਰਜ਼ੀ ਸਮਝ ਲਓ, ਉਹਨਾਂ ਨੇ ਮੁੰਡੇ ਨੂੰ ਮਾਰਤਾ ਜੀ ਬੁਲਾ ਕੇ, ਰੋਟੀ ਖਾ ਕੇ ਬਾਹਰ ਨਿਕਲਿਆ ਉਹ, ਅੱਛਾ ਸ਼ਹਿਰ ਕਰਨ ਤੋਂ ਬਾਅਦ ਬਾਅਦ ਅੰਦਰ ਨਹੀਂ ਆਇਆ ਜੀ। ਹੋਇਆ ਕੀ ਹੈ, ਸਾਰੀ ਘਟਨਾ ਕਿਵੇਂ ਹੋਈ? ਕਰਨਾ ਦਾ ਇੰਨੀ ਦਾ ਜੀ ਮੈਨੂੰ ਪਤਾ ਸਰ, ਜਿੰਨੀ ਦਾ ਮੈਨੂੰ ਪਤਾ ਮੈਂ ਇੰਨੇ ਕਹਿ ਸਕਦਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ। ਮੈਂ ਸਾਰੇ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੇਰਾ ਤਾਂ ਘਰ ਜਿਹੜਾ ਮੇਰਾ ਤਾਂ ਬੱਚਾ ਨੌਜਵਾਨ ਜੀ, ਮੈਂ ਜੀ ਉਹਨਾਂ ਦਾ ਮੇਰਾ ਦਿਮਾਗ ਕੰਮ ਕਰਦਾ ਜੀ, ਫੜੇ ਹੋਏ ਜੀ ਅੰਦਰ ਰੈਸਟ ਆਉਂਦੇ ਜੀ, ਸਾਰੇ ਬੰਦੇ ਫੜੇ ਹੋਏ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਜੀ? ਉਹ ਵੀ ਬੱਡੂ, ਉਹ ਵੀ ਬੱਡੂਵਾਲ ਦੇ ਜੀ। ਘਰ ਦੇ ਨੇੜੇ ਹੀ ਰਹਿੰਦੇ ਕਿਤੇ? ਹਾਂਜੀ, ਥੋੜ੍ਹੇ ਦੂਰ 1 ਕਿਲੋਮੀਟਰ ਵੱਲ ਬੰਦੇ, 2 ਕਿਲੋ 1.5 ਲਾ ਲਓ। ਚਲੋ, ਮੁੰਡਾ ਕਿੰਨੀ ਦੇਰ ਤੋਂ ਜਾਂਦਾ ਸੀ ਕੁੜੀ ਨੂੰ? ਇਹ ਤਾਂ ਹੁਣ ਪਰਮਾਤਮਾ ਨੂੰ ਪਤਾ ਜੀ, ਪੜ੍ਹਦੇ ਸੀ ਇਕੱਠੇ, ਤੁਹਾਡੇ ਕੋਲ ਪਾਪ ਮਾਰੀ ਜਾਵਾਂ ਵੀ, ਕਿਉਂਕਿ 2 ਸਾਲ ਦੇ 3 ਸਾਲ ਲੱਗਿਆ। ਹਾਂਜੀ, ਕੰਮ ਸੰਘੋਂ ਵੈਕਰੀ 'ਚ ਗਏ, ਵੈਕਰੀ 'ਚ ਲੱਗਾ ਜੀ, 3-4 ਮਹੀਨੇ ਲਾਏ ਉਹਨੇ ਧਰਮਕੋਟ। ਕਿੰਨੀ ਉਮਰ ਹੈ ਜੀ ਮੁੰਡੇ ਦੀ? ਕਿਉਂਕਿ 18 ਸਾਲ ਦੀ, 19 ਸਾਲ ਦੀ, 19 ਸਾਲ ਦੀ। ਅਤੇ ਮੰਗ ਕੀ ਕਰਦੇ ਹੁਣ ਆਪਾਂ? ਮੰਗ ਇਹ ਚਾਹੀਦਾ ਜੀ, ਸਾਨੂੰ ਇਨਸਾਫ ਚਾਹੀਦਾ ਜੀ। ਪਰਚਾ ਦਰਜ ਕਰਤਾ? ਹਾਂਜੀ, ਪਰਚਾ ਕਰਤਾ ਜੀ ਦਰਜ। ਤੁਹਾਡੇ ਬਿਆਨਾਂ 'ਤੇ ਦਰਜ ਹੋਇਆ? ਹਾਂਜੀ ਸਰ। ਕੀ ਬਿਆਨ ਕੀ ਲਿਖਾਏ ਸੀ ਪੁਲਿਸ ਨੇ? ਹੁਣ ਨਹੀਂ ਦਿਮਾਗ ਕੰਮ ਕਰਦਾ ਜੀ ਮੇਰਾ, ਮੈਂ ਤਾਂ ਰੋਟੀ ਕੱਲ੍ਹ ਪਾਸ ਦੀ ਖਾਧੀ ਨਹੀਂ, ਦਿਮਾਗ ਮੇਰਾ ਘੁੰਮਿਆ ਪਿਆ ਕਿ ਨੌਜਵਾਨ ਮੇਰਾ ਬੇਟਾ ਸੀਗਾ, ਤਾਂ ਮੈਂ ਤੁਹਾਨੂੰ ਇਹੀ ਹੱਥ ਬੰਨ ਕੇ ਹੁਣ ਵੀ ਮੀਡੀਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ। ਜੇ ਗਲਤ ਆ ਵੀ ਮਤਲਬ ਦੋਸ਼ੀ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਯਸ਼ਪਾਲ ਸਿੰਘ ਨਾਮੀ ਲੜਕੇ ਦਾ ਕਤਲ ਹੋਇਆ ਸਰ, ਉਹ ਕੀ ਮਾਮਲਾ ਸਰ? ਇਹ 1/4/2023 ਰਾਤ ਦੀ ਗੱਲ ਹੈ। ਇਹ ਮੁੰਡਾ, ਇਹ ਲੜਕੀ ਜਿਹੜੀ ਕੋਮਲ ਨਾਲ ਇਹਦੇ ਸੰਬੰਧ ਸਨ, ਅਤੇ ਉਦੋਂ ਰਾਤ ਨੂੰ ਉਹਨਾਂ ਦੇ ਘਰ ਗਿਆ ਜਿਹੜਾ ਉੱਥੇ ਰੌਲਾ ਪੈਣ 'ਤੇ ਇਹਨੂੰ ਫੜ ਕੇ, ਉਦੋਂ ਬਾਅਦ ਇਹਨਾਂ ਦੇ ਘਰ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ, ਅਤੇ ਕਤਲ ਕਰਨ ਤੋਂ ਬਾਅਦ ਇਹਦੀ ਜੰਗਲੇ ਨਾਲ ਲਾਸ਼ ਟੰਗ ਦਿੱਤੀ, ਅਤੇ ਫਿਰ ਉੱਥੋਂ ਲਾਹ ਕੇ ਡਰਦਿਆਂ ਨੇ ਇਹਨੂੰ ਜਾ ਕੇ ਉੱਥੇ ਮੋਟਰਸਾਈਕਲ ਦੇ ਵਿਚਾਲੇ ਰੱਖ ਕੇ ਨਹਿਰ 'ਤੇ ਜਾ ਕੇ ਸੁੱਟ ਦਿੱਤਾ। ਅਤੇ ਜਦੋਂ ਘਰ ਵਾਲਿਆਂ ਨੇ ਇਹਦੀ ਭਾਲ ਕੀਤੀ, ਤਾਂ ਇਹਦੀ ਭਾਲ ਤੋਂ ਬਾਅਦ ਇਹਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ, ਕੋਮਲ ਲੜਕੀ ਅਤੇ ਉਹਦੇ ਜਿਹੜੇ ਚਾਚਾ ਸੀਗੇ ਅਤੇ ਇੱਕ ਛੋਟਾ ਬ੍ਰਦਰ ਸੀਗਾ, ਇਹਦੇ ਜਿਹੜੇ ਦੋਸ਼ੀ ਪਾਏ ਗਏ ਆ, ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਸਰ, ਕਿੰਨੇ ਵਿਅਕਤੀ ਦੋਸ਼ੀ ਪਾਏ ਗਏ? ਇਹ 'ਚ 4 ਵਿਅਕਤੀ ਦੋਸ਼ੀ ਪਏ, 2 ਨਾਬਾਲਗ ਆ ਅਤੇ 2 ਜਿਹੜੇ ਬਾਲਗ ਆ। ਇਹਨਾਂ ਦੇ ਵਿੱਚ ਜਿਹੜੇ ਅੱਜ ਨਾਬਾਲਗ ਆ, ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਕਰਕੇ ਅਤੇ ਜੇਲ੍ਹ ਭੇਜਿਆ ਗਿਆ, ਅਤੇ ਜਿਹੜੇ ਇਹਨਾਂ ਦੀ ਦੂਜੇ ਬੰਦੇ ਗ੍ਰਿਫਤਾਰੀ ਪਾ ਕੇ ਜਿਹੜੇ ਕੱਲ੍ਹ ਨੂੰ ਕੋਰਟ 'ਚ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਕੋਈ ਤਫਤੀਸ਼ ਦੇ ਤੱਥ ਸਾਹਮਣੇ ਲਿਆਂਦੇ ਗਏ। ਜਦ ਹੈ ਹਰ ਪਰੇਸ਼ਾਨੀ ਦਾ ਹੱਲ, ਤਾਂ ਕਿਉਂ ਹੋ ਪਰੇਸ਼ਾਨ? ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ, ਅੰਤਰਿਕ ਵਿਧੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ 100% ਗਰੰਟੀ ਨਾਲ। ਗੈਟ ਯੋਰ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਕਿ ਪ੍ਰੇਮ ਵਿਆਹ 'ਚ ਰੁਕਾਵਟ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਵਿਦੇਸ਼ 'ਚ ਪੱਕਾ ਹੋਣਾ, ਔਲਾਦ ਸੁੱਖ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ, ਵਸ਼ੀਕਰਨ ਕਰਵਾਓ ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ ਵਿੱਚ ਕਰੋ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ।